رحم اللہ من کرن سورہ فاتحہ بسم اللہ الرحمن الرحیم الحمدللہ رب العالمین الرحمن الرحیم مالک یوم الدین اِیّاک نعبد وَاِیّاک نستعین اہدنا الصراط المستقیم صراط الذین انعمت علیہم غیر المغضوب علیہم ولا الضالین بسم اللہ الرحمن الرحیم آواز بلند تر صلوات نعرہ تکبیر اللہ اکبر نعرہ رسالت نعرہ حیدری آواز بلند تر صلوات اجازت ہے میں عقیدے کی نماز شروع کر دوں اگر جناب کی طبیعت اس خوشگوار موسم کی تیر و تاکی ہوئے تو میں فقیر سید چند منٹ جناب کے سامنے تطہیر والے گھرانے کا ذکر کروں کافی کر رہے ہیں کافی کرنے
ਤੁਹਾਡੀਆਂ ਦੁਆਵਾਂ ਨਾਲ ਹੀ ਸਫ਼ਰ ਤੈਅ ਹੋਣੇ। 40 ਸਾਲ ਅਮਲ ਕਰਿੰਦਾ ਰਹੀ ਆ, 40 ਸਾਲ ਬਾਅਦ ਇਹਦਾ ਅਮਲ ਪੂਰਾ ਕੀਆ, ਖੁਸ਼ ਨਸੀਬ ਦੀ ਦੁਆ ਕਬੂਲ ਥਈ। ਹੁਸੈਨ ਬਾਦਸ਼ਾਹ ਦੀ ਜ਼ਿਆਰਤ ਨਸੀਬ ਥਈ। ਸਰਕਾਰੀ ਦੇ ਸਾਹਮਣੇ ਫਿਰ ਮੈਨੂੰ ਮੂਮਿਨ 40 ਸਾਲ ਜੋ ਮੰਗਦਾ ਨਹੀਂ ਹੈ ਜੋ ਮੈਂ ਡਿਸ ਪਾਵਾਂ ਮੇਰੀ ਜ਼ਿਆਰਤ ਕੀ ਅੱਜ ਸਾਹਮਣੇ ਆ ਗਈ, ਦੱਸ ਕਿਆ ਪੁੱਛਣਾ ਚਾਹੁੰਦਾ। ਮੈਂ ਬੰਦਾ ਦੇਖ ਸਕਾਂ ਕਿਹੜਾ ਜਿਹੜਾ ਉਹਦੇ ਗਰੀਬ ਦੀ ਮਹੀਨੇ ਸੀ ਜਵਾਨਾਂ ਨੇ ਮੇਰੀ ਹੰਝ ਨਹੀਂ ਹੰਦੀ। ਅਦੇ ਮੌਲਾ ਦੁੱਖ ਤਾਂ ਤੁਹਾਡੇ ਤੇ ਢੇਰ ਹੈ, ਮੈਂ ਕੋਈ ਉਹ ਕੁਝ ਦੱਸੋ ਜ਼ਿਆਦਾ ਤਕਲੀਫ ਮਹਿਸੂਸ ਕਦਮ ਕੀਤੀ ਮਹੀਨੇ ਸੁਣਾ ਦਿਓ ਸੀ ਜਿਹਨਾਂ ਦੀ ਤਵੱਜੋ ਹੋ ਸੀ ਮਹੀਨੇ ਸਾਰੇ ਪਾਸੇ ਅੱਖਾਂ ਵਸ ਪਈਆਂ ਪਰ ਮੈਨੂੰ ਜੀ ਬਿਸਮਿਲਾ ਜੀ ਬਿਸਮਿਲਾ ਦੁੱਖ ਮੇਰਾ ਤੁਹਾਡੇ ਤੇ ਪਹਾੜ ਹੈ ਮੁਸੀਬਤਾਂ ਦੇ ਸਭ ਤੋਂ ਵੱਡੀ ਤਕਲੀਫ ਮਹਿਸੂਸ ਕਦਮ ਕੀਤੀ ਹੋਈ ਅੱਖਾਂ ਵਸ ਪਈਆਂ ਪਰ ਮੈਂ ਮੈਨੂੰ ਮੂਮੈਂਟ ਤੂੰ ਕਿਹ ਸੋਚਿੰਦਾ ਉਸਨੇ ਜਦੋਂ ਮੈਂ ਅਕਬਰ ਦੀ ਲਾਸ਼ ਚਾਹੀਏ ਤੂੰ ਕਿਹ ਸੋਚਿੰਦਾ ਉਸਨੇ ਜਦੋਂ ਮੈਂ ਅਲਮਦਾਰ ਦੇ ਬਾਜ਼ੂ ਹਾਂ ਨਾਲ ਲੈਣਾ ਤੂੰ ਕਿਹ ਸੋਚਿੰਦਾ ਉਸਨੇ ਜਿਹੜਾ ਮੇਰੀ ਭੈਣ ਸ਼ਰਾਬੀ ਨਾਲ ਬੋਲੀ ਮੂੰਹ ਤੇ ਮਾਤਮ ਕਰਕੇ ਫਿਰ ਮੈਨੂੰ ਸਭ ਤੋਂ ਵੱਡੀ ਤਕਲੀਫ ਮੈਂ ਹੁਸੈਨ ਨੂੰ ਲਿਖਈਏ ਜਿਹੜਾ ਮੁਸਲਮਾਨ ਹਾਂ ਮੈਂ ਹੁਸੈਨ ਦੇ ਸਾਹਮਣੇ ਮੇਰੀ ਮਾਂ ਕੋ ਮਾਰਿਆ ਪਰਦਾ ਪਿਆ ਚੁੰਮ ਪਹਿਚਾਨੀ ਬਚੜੀ ਦੀ ਮਹੀਨੇ ਦੀ ਇਬਤਦਾ ਹੈ ਦਿਲ ਚਾਹੁੰਦੇ ਮੈਂ ਦੁੱਖਾਂ ਦੀ ਇਬਤਦਾ ਦੀ ਇਬਤਦਾ ਚੁੰਮ ਪਹਿਚਾਨੀ ਬਚੜੀ ਪਰਦਾ ਪਿਆ ਜਿਹੜੀ ਨਬੀਆਂ ਦੇ ਸਰਦਾਰ ਅਗਲੀ ਗੱਲ ਕੀਤੀ ਸੁਣੋ ਸਖੀ ਦੀ ਨਹੀਂ ਸੁਣਿਆ
ਅਸੀਂ ਤੁਹਾਡੀ ਉਹ ਲਿਆ ਸੀ ਜਿਹੜਾ ਥੱਲੇ ਮੇਰੀ ਸੈਣ ਦਾ ਰੁਮਾਲ ਸੀ, ਸਤਾਰਾਂ ਡਿਉਣੀ ਹੈ ਜੋ ਮੈਂ ਸੈਣ ਕੋਲ ਪਿੰਨ ਕੇ ਆਇਆ ਪਿਆ ਕਿ ਪਿਛਲੇ ਮਹੀਨੇ ਮੈਂ ਜ਼ਿਆਰਤ ਤੋਂ ਵਾਪਸ ਆਇਆ ਅਤੇ ਦੁਆ ਹਿੱਕਾ ਮੰਗੀ ਹੈ ਬੀਬੀ ਕੋਲ ਗਏ ਸ਼ਾਮ ਦੇ ਰਸਤੇ ਜਿਹੜੇ ਪਾਕਿਸਤਾਨ ਵਿੱਚ ਮਿੱਟੀ 'ਤੇ ਬਹਿ ਕੇ ਤੇਰੇ ਮਰਾਬ ਕਰਦੇ ਉਹਨਾਂ ਦੀ ਅੱਖ ਬੰਦ ਰੱਖੀ ਹੋਈ ਜਿੱਦਾਂ ਡਾਕਟਰ ਐਡੀ ਇਸਤ ਅਤੇ ਸ਼ਾਨਾਂ ਦੀ ਮਾਲਕ ਹੀ ਹੈ ਮੇਰੀ ਸੈਣ ਕਿ ਮੈਂ ਸਾਹਮਣੇ ਆਵਿਆ ਨਾ ਨਬੀਆਂ ਦਾ ਸਰਦਾਰ ਉੱਚੀ ਖੜਦਾ ਤੁਹਾਡੇ ਮਹਿਮਾਨ ਪੂਰੇ ਮਜਮੇ 'ਤੇ ਮੈਂ ਫਕੀਰ ਸੈਦ ਦਾ ਸਵਾਲ ਲਿਆ ਇਨਸਾਫ ਨਾਲ ਦੱਸਿਆ ਧੀ ਦੇ ਆਖੇ 'ਤੇ ਉਹਦਾ ਮੇਰੀ ਸੈਣ ਤਾਂ ਕਈ ਦਫ਼ਾ ਆਖਾਂ ਬਾਬਾ ਮੈਂ ਧੀ ਹਾਂ ਤੂੰ ਪਿਓ ਹੈ ਪਿਓ ਧੀ ਦੀ ਤਾਲੀਮ ਵਾਸਤੇ ਨਹੀਂ ਉੱਡਦੇ ਕਿਉਂ ਉੱਡਦੇ ਅੱਛਾ ਵਾਸਤੋਂ ਮੈਂ ਨਾ ਫਰਮਾਇਆ ਮੈਂ ਆਪ ਨਾ ਉੱਡਦਾ ਉਹ ਅੱਧ ਹੈ ਤਾਂ ਮੈਂ ਉੱਡਦਾ ਇਨਸਾਫ ਕਰਿਆ ਪੱਥਰ ਦਾ ਦਿਲ ਤੁਹਾਡਾ ਨਹੀਂ ਜਿਹਦੀ ਤਾਜ਼ੀਮ ਵਾਸਤੇ ਨਬੀਆਂ ਦਾ ਸਰਦਾਰ ਖੜਾ ਰਹਿੰਦਾ ਹਰੀ ਉਹ ਪੈਣ ਦੇ ਦਰਬਾਰ ਕਿਉਂ ਖੜੀ ਹੋਈ ਇਨਸਾਫ ਮੰਗਣਾ ਸੁਣੀ ਸ਼ੀਆ ਦਾ ਮੁਸ਼ਤਰਕਾ ਮੈਡਮ ਮੈਂ ਕੋਈ ਐਸੀ ਗੱਲ ਹੀ ਨਹੀਂ ਕਰਨੀ ਜਿਹੜੀ ਤੁਹਾਨੂੰ ਨਾ ਗਵਾਰ ਹੋ ਗਏ ਮੈਂ ਇੱਥੇ ਤੁਹਾਨੂੰ ਲੈਣਾ ਵੜਨਾ ਆਇਆ ਮੈਂ ਦੁੱਖ ਦਸਵਾਉਣ ਆਇਆ ਜਿਹੜੇ ਹਾਜੀ ਬੈਠਣ ਬੈਤੁੱਲਾ ਦੇ ਮੇਰੀ ਗਵਾਹੀ ਦੱਸੇ ਹਜਰੇ ਅਸਵਦ ਇੱਕ ਪੱਥਰ ਹੈ ਜਿਹੜੇ ਹਾਜੀ ਬੈਠਣ ਗਵਾਹੀ ਦੱਸੇ ਜਿਹੜੇ ਨਹੀਂ ਵੇਗਾ ਅੱਲਾ ਤੋਂ ਆਪਣੇ ਮਾਰੀ ਛੱਡੇ ਮੁਸਲਮਾਨ ਹਜ ਕਰਨ ਵੰਜਣ ਨਾ ਉਹ ਪੱਥਰ ਕੋ ਚੁੰਮਦੇ ਬੋਸੇ ਦੇਂਦੇ ਨੇ ਬਾਰ ਬਾਰ ਚੁੰਮਦੇ ਨੇ ਕਿਉਂ ਚੁੰਮਦੇ ਨੇ ਜੋ ਨਬੀ ਕੋ ਚੁੰਮਦਾ ਹੈ ਸੈਯਦਾਂ ਖਾਨਦਾਨੀ ਜ਼ਾਕਰ ਖਾਨਦਾਨੀ ਜ਼ਾਕਰ ਦਾ ਪੁੱਤਰਾ ਬਾਬੂ ਜ਼ੁਖਣਾ ਹੁਸੈਨ ਦੀ ਕਬਰ ਤੇ ਮੇਰੇ ਦੁਆਏ ਹੱਥ ਨਹੀਂ ਨਬੀ ਚੁੰਮਦਾ ਨਹੀਂ ਨਬੀ ਇੱਕ ਹੀ ਵਾਰੀ ਚੁੰਮੇ ਕਿਉਂਕਿ ਤੁਹਾਡੇ ਸਾਡੇ ਆਖਰੀ ਨਬੀ ਇੱਕ ਦਫ਼ਾ ਹੱਜ ਮੈਂ ਪਹਿਲੇ ਆਖੇ ਕੋਈ ਐਸੀ ਗੱਲ ਨਹੀਂ ਕਰਨੀ ਜਿਹੜੀ ਤੁਹਾਡੇ ਨਾਲ ਗਵਾਰ ਗੁਜ਼ਰੇ ਸੁਣੀ ਸੀ ਉਹਦਾ ਮੁਸ਼ਤਰਕਾ ਮਜਮਾ ਬੀਬੀ ਐਸ਼ਾ ਦੀਏ ਮੈਂ ਨਬੀਆਂ ਦੇ ਸਰਦਾਰ ਹੂੰ ਕਈ ਕਈ ਦਫ਼ਾ ਝੁਕ ਝੁਕ ਈ ਧੀ ਦੇ ਹੱਥ ਚੁੰਮਦੇ ਵਿੱਚ ਹੁਣ ਰੋਏ ਦੀ ਆ ਗੱਲ ਹੈ ਜਿਹਦੇ ਨਬੀਆਂ ਦਾ ਸਰਦਾਰ ਝੁਕ ਝੁਕ ਹੱਥ ਚੁੰਮਦਾ ਹਾ ਉਹਨਾਂ ਹੱਥਾਂ ਤੇ ਤਾਜ਼ੀਆਂ ਨੇ ਕਾਇਮ ਮਾਰਿਆ ਅੱਲਾਹ ਅਕਬਰ ਮੈਂ ਅੱਲਾਹ ਹੀ ਆਵਾਜ਼ਾ ਤੇਰਾ ਮਤ ਨਾ ਦੇ ਸ਼ਬੀਰ ਜੀ ਨੌਕਰਾਂ ਨੌਕਰਾਂ ਦਾ ਸਵਾਲ ਕੀਤਾ ਯਾਰ ਰਸੂਲ ਅੱਲਾਹ ਦੀ ਦਾ ਨਾਮ ਫਾਤਿਮਾ ਕਿਉਂ ਰੱਖਿਆ ਹੋਵੇ ਅੱਖਾਂ ਵਸ ਪਈਆਂ ਪਰ ਮੈਂ ਇੱਕ ਰਾਤ ਦੀ ਗੱਲ ਹੈ ਇਹਦੇ ਨਾਂ ਦੀ ਵਜ੍ਹਾ ਤੇ ਇਹਦੇ ਸ਼ੀਆਂ ਤੇ ਅੱਲਾਹ ਜਹਨਮ ਦੀ ਭਾਗ ਨੂੰ ਹਰਾਮ ਕਰਾਰ ਦਿੱਤਾ ਹੁਣ ਰੋਇਣ ਦੀ ਇਹ ਗੱਲ ਹੈ ਜਿਹਦੇ ਨਾਂ ਦੀ ਵਜ੍ਹਾ ਤੋਂ ਉਹਦੇ ਸ਼ੀਆਂ ਤੇ ਜਹਨਮ ਦੀ ਭਾਗ ਨੂੰ ਅੱਲਾਹ ਹਰਾਮ ਕਰਾਰ ਦਿੱਤਾ ਹਾ ਵੱਤ ਉਹਦੇ ਦਰਵਾਜ਼ੇ ਤੇ ਭਾਗ ਕਿਉਂ ਲਈ ਅਰਮਾਨ ਹੈ ਨਾ ਅਰਮਾਨ ਖੜਾਇਆ ਨੇ ਅਗਰ ਗੱਲ ਇੱਥੇ ਹੀ ਤੱਕ ਮੁਕਵਾਂਦੀ ਤਾਜ ਗਲੀਆਂ ਬਾਜ਼ਾਰਾਂ ਚ ਮਾਤਮ ਨਾ ਕਰੂੰਗਾ ਨਾ ਰਹੂੰਗਾ ਛੜਾ ਖੜਾਇਆ ਨੇ ਜੁਫਲਾਇਆ ਨੇ ਛੜਾ ਨਬੀ ਦੀ ਵੀ ਕੁਝ ਜੁਫਲਾਇਆ ਨੇ ਰਸੂਲ ਦੀ ਲਿਖੀ ਹੋਈ ਤਹਿਰੀਰ ਕੁਝ ਜੁਫਲਾਇਆ ਨੇ ਇਹ ਸਪੀਕਰ ਦੀ ਆਵਾਜ਼ ਮੇਰੀਆਂ ਪਰਦੇਦਾਰ ਮਾਵਾਂ ਬਹਿਣਾਂ ਤੱਕ ਪਈ ਵਹਿੰਦੀ ਹੋ ਸੀ ਇਹ ਗਵਾਈ ਦੇ ਸਨ ਮਾਂ ਜਿਤਨੀ ਮਜਬੂਰ ਹੋਵੇ ਪੁੱਤਰਾਂ ਦੀ ਕਸਮ ਨਹੀਂ ਚਾਹੀਦੀ ਨਹੀਂ ਸਮਝ ਛੜਾ ਮੇਰੀ ਸਹਿਣ ਕੋ ਨਹੀਂ ਬਾਬੇ ਦੀ ਕੋਈ ਤਹਿਰੀਰ ਕੋ ਨਹੀਂ ਹਸਨੈਨ ਕੋ ਜੁਟਲਾ ਤੇ ਮੁਸਲਮਾਨ ਹੈ ਜੀ ਬਿਸਮਿਲਲਾ ਮੁਸਲਮਾਨ ਹੈ ਇਹਨਾਂ ਦਾ ਹੱਕ ਬਣਦਾ ਹੈ ਨਬੀ ਦੀ ਨਾ ਲੈਣ ਤੇ ਨਕਸ਼ ਤੋਂ ਹੀ ਕੁਰਬਾਨ ਕੀ ਵੰਜਣ ਦਾ ਬਣਦਾ ਹੀ ਨਾ ਹੱਕ ਪੜ੍ਹੇ ਲਿਖੇ ਜਿਹੜੇ ਬਾਬੇ ਚ ਬਣਦਾ ਹੀ ਨਾ ਤੁਹਾਡੀਆਂ ਸਾਰੀਆਂ ਨਿਗਾਹਾਂ ਪਤਾ ਨਹੀਂ ਤਹਿਰੀਰ ਦੀ ਕਿਆ ਅਹਿਮੀਅਤ ਹੋ ਸੀ ਆ ਰਸੂਲ ਦੇ ਪਾਕ ਮਿੰਬਰ ਤੇ ਹੁਸੈਨ ਦੇ ਪਾਕ ਮਿੰਬਰ ਤੇ
ਮੈਂ ਤੈਨੂੰ ਰਸੂਲ ਦੀ ਧੀ ਦੀ ਨਿਗਾਹਾਂ 'ਚ ਦੀ ਅਹਿਮੀਅਤ ਦੱਸਾਂ। ਰਸੂਲ ਦੇ ਤੁਰ ਵੰਜਣ ਦੇ ਬਾਅਦ ਇੱਕ ਦੂਰ ਦਰਾਜ ਦਾ ਸਾਹਬੀ ਦਰਵਾਜ਼ੇ 'ਤੇ ਆਏ, ਦਸਤਕ ਦਿੱਤੀ ਸੀ, ਦਕਲ ਬਾਦ ਦਾ ਦਰਵਾਜ਼ੇ 'ਤੇ ਅਜੇ ਸ਼ੈਤਾਨ ਦਿੱਤੀ, ਉਹ ਕਿਸ ਵੇਲੇ ਆਵਣ ਆਵਣ ਮੇਰਾ ਵੀ ਮੇਰਾ ਵਿਆਹ ਹੈ ਮੇਰੇ ਪਿਓ ਦਾ ਪੁੱਤਰ ਉਸ ਵੇਲੇ ਮੈਂ ਰਸੂਲ ਦਾ ਸਾਹਬੀ ਹਾਂ, ਮੈਨੂੰ ਅੱਜ ਪਤਾ ਲੱਗਿਆ ਜੋ ਰਸੂਲ ਦੁਨੀਆਂ ਛੋੜ ਗਈ, ਕੋਈ ਨਿਸ਼ਾਨੀ ਰਸੂਲ ਦੇ ਘਰ ਚ ਚਾਰ ਦਿਨਾਂ ਮੈਂ ਜ਼ਵਾਰ ਬਣ ਕੇ ਜ਼ਿਆਰਤ ਕਰਨਾ ਚਾਹੁੰਦਾ। ਇਹ ਜੁਮਲਾ ਜਾਂ ਇਹ ਜ਼ਾਕਰ ਸਮਝੇ ਸਨ, ਜਾਂ ਜ਼ਾਕਰ ਘਰ ਸਮਝੇ ਸਨ, ਜਿਹੜਾ ਦਈ ਆ ਕੇ ਦੱਸੇ ਨਾ ਮੇਰੀ ਸਹਿਣ ਰੋਕ ਕੇ ਫਰਮਾਇਆ, ਦਈ ਜਿੰਨਾ ਕੋਈ ਨਿਸ਼ਾਨੀ ਤਾਂ ਕੋਈ ਯਾਦ ਉਸਨੂੰ ਤਖਤੀ 'ਤੇ ਮੇਰੇ ਬਾਬੇ ਤਹਿਰੀਰ ਲਿਖੀ, ਉਹ ਚਾਰ ਦਿਨਾਂ ਮੁਸਲਮਾਨ ਹੈ ਨਾ ਜ਼ਵਾਰ ਬਣ ਕੇ ਆਏ, ਬਾਅਦ ਚਾਹ ਕੇ ਤਾਂ ਨਹੀਂ ਆਇਆ। ਦਈ ਬੜੀ ਤਲਾਸ਼ ਕੀਤੀ, ਮੁਲਤਾਨ ਵਾਲੇ ਉਹ ਤਖਤੀ ਨਾ ਲੱਭੀ, ਜਿਹੜਾ ਦਈ ਆ ਕੇ ਦੱਸਣ ਤਖਤੀ ਨਹੀਂ ਲੱਭਦੀ, ਤੜਪੀ ਰਸੂਲ ਦਿੱਤੀ। ਪਰ ਮੈਂ ਦਈ ਹੋਇਆ, ਮੈਨੂੰ ਤਾਂ ਤੂੰ ਦੱਸਿਆ ਹੀ ਮੰਨਿਆ, ਮੈਂ ਬਤੂਲ ਦੀਆਂ ਨਿਗਾਹਾਂ ਵਿੱਚ ਉਹ ਤਹਿਰੀਰ ਦੀ ਅਹਿਮੀਅਤ ਹਸਨ ਹੁਸੈਨ ਦੇ ਬਰਾਬਰ ਹੈ। ਅਗਰ ਰਸੂਲ ਦੀ ਧੀ ਦੀਆਂ ਨਿਗਾਹਾਂ ਵਿੱਚ ਤਹਿਰੀਰ ਦੀ ਕੀਮਤ ਹਸਨ ਹੁਸੈਨ ਦੇ ਬਰਾਬਰ ਹੈ ਤਾਂ ਮੈਂ ਆਖਣ ਕੋ ਮਜਬੂਰ ਸੀ ਗਿਆ, ਦਰਬਾਰ 'ਚ ਮੁਸਲਮਾਨਾਂ ਰਸੂਲ ਦੀ ਤਹਿਰੀਰ ਦਾ ਨਹੀਂ ਹਸਨੈਨ ਦੇ ਟੁਕੜੇ ਕੇ ਵਿਰਾਹ ਮਰਾ ਵੀ ਹੈ। ਮੈਂ ਬਾਣੀ ਦੀ ਸੀ ਇਤਨਾ ਬਸ ਫਸਲ ਮਾਰ ਕੇ ਬਾਅਦ ਉਸ ਤੋਂ ਬਾਅਦ ਦੂਜੇ ਚਾਰ ਮੈਂ ਚੱਕਰੇ ਸਨ, ਮੇਰੀ ਸਹਿਣ ਤੋਂ ਆਪਣੇ ਹੱਕ ਤੋਂ ਵੀ ਢੇਰ ਰੁੱਖ ਹੀ ਅਲੀ ਦੀ ਵਿਲਾਇਆ ਮੌਲਾ ਦੀ ਵਿਲਾਇਆ। ਮੈਂ ਦਲੀਲ ਦੱਸਾਂ, ਜ਼ਿੰਮੇਵਾਰ ਜ਼ਾਕਰ ਦਾ ਪੁੱਤਰ ਮੈਂ ਗੱਲ ਕਰਕੇ ਟੁਰ ਪਵਾਂ ਸੁਝੇ ਸੋ, ਜ਼ਿੰਮੇਵਾਰ ਜ਼ਾਕਰ ਦਾ ਪੁੱਤਰ ਜ਼ਿੰਮੇਵਾਰੀ ਦਾ ਮੁਜ਼ਾਹਰੇ ਨਹੀਂ ਕੀਤਾ, ਕਿਉਂ ਦੇਵਾਂ ਦਲੀਲ ਕਰੇ ਸੇ ਕਬੂਲ, ਇਹ ਦਰਵਾਜ਼ੇ ਤੱਕ ਆਇਣ ਮੇਰੀ ਸਹਿਣ ਬਦ ਦੁਆ ਨਹੀਂ ਕੀਤੀ, ਹੁਣ ਹੈ ਕਰ ਛੋੜੇ ਇਹਨਾਂ ਦਰਵਾਜ਼ਾ ਜਲਾਏ, ਮੇਰੀ ਸਹਿਣ ਬਦ ਦੁਆ ਨਹੀਂ ਕੀਤੀ, ਦਰਵਾਜ਼ਾ ਗਿਰਾਇਆ ਨੇ, ਇਸ਼ਾਰਾ ਕਰੇ ਸਾ ਜਿਹੜਾ ਪਹੁੰਚ ਕੇ ਆਉਂਦਾ ਆਪਣਾ ਮੁਕੱਦਰ, ਜਿਹੜਾ ਪਿੱਛਾ ਰਹਿ ਕੇ ਆਉਂਦਾ ਆਪਣਾ ਨਸੀਬ, ਉੱਤੋਂ ਲੰਘ ਗਏ ਦਰਬਾਰ ਚ ਮੰਨਣ ਲੱਗੇ। ਤੁਹਾਡੇ ਮੁਸ਼ਾਹਦੇ ਦੀ ਬਾਤ ਤੁਸੀਂ ਬਾਈ ਅਕੀਬ, ਇਹਨਾਂ ਚੋਂ ਕੋਈ ਗਰੀਬ ਸ਼ਖਸ ਹੁਣ ਕੋਈ ਪੁਲਿਸ ਦਾ ਅਹਿਲਕਾਰ ਆ ਗਿਆ ਗ੍ਰਿਫਤਾਰ ਚੱਕਰੇ ਨਾ, ਉਹਦੇ ਜਿਤਨੇ ਲਵਾਇਕੀਨ ਉਸ ਨੂੰ ਸਿਫਾਰਿਸ਼ ਕਰੇ ਸਨ, ਮਿਹਨਤ ਕਰੇ ਸਨ, ਆਓ ਦਾ ਆਓ ਬੋਕਾ ਯਾਰ ਛੋੜ ਦੇ ਵੱਧ ਨਾ ਕਰੇ ਸਨ, ਮੇਰੀ ਸਹਿਣ ਕੋ ਬਈ ਸਿਫਾਰਿਸ਼ ਤਾਂ ਲੱਭਦੀ ਕੋਲ ਨਹੀਂ, ਮੁਸੱਲਾ ਇਬਾਦਤ ਵਿੱਚ ਆ ਕੇ ਦੂਆਂ ਧੀਆਂ ਕੋ ਸਾਹਮਣੇ ਦਸ ਤੇ ਦੁਆ ਬੁਲੰਦ ਕੀਤੇ ਨੇ ਤੇ ਆਸਮਾਨ ਦੇ ਦੇਖ ਕੇ ਅੱਗੇ ਮੈਂ ਡਾਲ ਲਾ, ਮੈਂ ਬਤੂਲ ਵਾਧਾ ਕੋਈ ਕਰੇ ਦੀਆਂ ਇਹ ਹੀਕ ਰੱਸੀ ਦੇ ਬਦਲੇ ਮੈਡੀਆਂ ਧੀਆਂ ਕਈ ਕਈ ਰੱਸੀਆਂ ਗੱਲ ਦਰਬਾਰ ਦੇ ਸਦਕੇ ਮਰੀਆਂ ਦੀਆਂ ਕਈ ਕਈ ਦਰਬਾਰਾਂ 'ਚ ਵੈਸੇ ਮੈਂ ਬਤੂਲ ਤੋਂ ਬਰਦਾਸ਼ਤ ਨਹੀਂ ਕੀਤਾ ਜੋ ਕੋਈ ਨਫਸੁੱਲਾ ਦੀ ਤੋਹੀਨ ਕਰੇ। ਬਸ ਖਤਮ, ਕੀ ਗੱਲ ਸੁਣਾ ਬਾਅਦ ਮੈਂ ਬਾਬੇ ਦੀ ਸ਼ਹਾਦਤ ਬਾਅਦ 70, 75, 90 ਜਾਂ 95 ਦੀ ਮੁਹੰਮਦ ਦੀ ਧੀ ਜੀਂਦੀ ਰਹੀ। ਇਹਨਾਂ 70, 75, 90 ਜਾਂ 95 ਦੀਆਂ ਦੇ ਦੌਰਾਨ ਦੋ ਮੌਕੇ ਐਸੇ ਹਨ ਜੋ ਮੌਕੇ 'ਤੇ ਮੌਜੂਦ ਬੰਦਾ ਇਵੇਂ ਸਮਝੇ ਜੋ ਮੁਹੰਮਦ ਦੀ ਧੀ ਦੁਨੀਆਂ ਤੋਂ ਤੁਰ ਗਈ। ਪਹਿਲਾ ਮੌਕਾ ਜਿਹੜਾ ਮੇਰੀ ਸਹਿਣ ਦੇ ਘਰ ਦੇ ਦਰਵਾਜ਼ੇ ਆ ਕੇ ਮੇਰੀ ਸਹਿਣ ਦਾ ਬੋਸਾ ਦਿੱਤਾ, ਦਿਹਾੜੇ 5 ਮਿੰਟ ਦੇਰ ਨਾਲ ਪਹੁੰਚਾ, ਤ੍ਰੈ ਜਮਾਤ ਦੀ ਉਸਵਾਨੀ ਦੀ ਵਜ੍ਹਾ ਉਸ ਦਿਹਾੜੇ ਦੁਨੀਆਂ ਤੋਂ ਤੁਰ ਗਈ। ਦੂਜਾ ਮੌਕਾ ਗੱਲ ਔਖੀ, ਕਬਰ 'ਚ ਯਾਦ ਆ ਗਈ ਨਾ ਫਕੀਰ ਸੈਦ ਦੀ ਗੱਲ ਤਾਂ ਮੌਲਕ ਮੁਕਾਨ ਚ ਦੱਸੇ, ਮੁਸਲਮਾਨਾਂ ਬਿਲਾਲ 'ਤੇ ਪਾਬੰਦੀ ਐਦ ਕੀਤੀ, ਬਿਲਾਲ ਚੰਗਾ ਤੁਸਾਂ ਕੋ ਕਹਿੰਦਾ ਮੈਂ ਲੱਗਦਾ ਮੁਹੰਮਦ ਦਾ ਮੂੰਹ ਹੈ ਅਸਾਂ ਚੁੱਪ ਕਰ ਬਹਿੰਦੇ ਹੱਸੇ, ਹੁਣ ਯਾਦ ਤਾਂ ਆਜ਼ਾਨ ਦੇਸੇ ਨੇ, ਆਜ਼ਾਨ ਦੇਸੇ ਤਾਂ ਆਜ਼ਾਨ 'ਚ ਹਈ ਆਲਾ ਖੈਰ ਲਬੰਦਾਕ ਸੀ, ਬਿਲਾਲ ਰਸੂਲ ਦੀ ਕਬਰ ਦਾ ਮੂੰਹ ਕਰਕੇ ਕਸਮ ਚਾਹੀਦੀ ਮੈਂ ਗੈਰ ਰਸੂਲ ਵਾਸਤੇ ਆਜ਼ਾਨ ਦੇਵਣੀ ਵੀ ਕੋਈ ਨਹੀਂ। ਤੁਰ ਗਿਆ ਬਿਲਾਲ, ਸਾਰੇ ਰੋਵੋ ਤਾਂ ਦੱਸਾਂ ਵੱਧ ਤੇ ਬਿਲਾਲ ਤੱਡਾਂ ਵਾਲਾ ਜਿਹੜਾ ਮੁਹੰਮਦ ਦੀ ਧੀ ਜ਼ਖਮੀ ਹੋ ਗਈ। ਥੋੜ੍ਹਾ ਜਿਹੀ ਆਵਾਜ਼ ਦੱਸਿਆ, ਮੇਰੀ ਸਹਿਣ ਨੂੰ ਪਤਾ ਲੱਗਿਆ ਜੋ ਮੇਰੇ ਬਾਬੇ ਦਾ ਬੰਗ ਆਇਆ ਖੜੇ,
हसनैन को हुक्म दिता ने हसन हुसैन लगे वजो नाने बिलाल को आको सारी माँ पई आदि वही द सिलसिला मनकत हो गए अगे जेरा दरवाजे ते आंदा आई मन तमुरादा घिना आई हुन जेरा आंदे भा चा के आंदे या गल समझ नहीं आने आलो हुसैन जिस वास्ते मैं मेहनत कर रहा हूं नाने को आको सारी माँ पई आदि आज उमे आजान दे जिने बाबे दे वस दे वेले देना तू आजान दे से मैं को बाबे दे वस दे वेला याद आ रहे से हसनैन आके दसा बिलाल आखा माँ को आपको नाना पिया दे मैं मजबूर हाँ या तो कोई किफारा नफ जो मैं अदा करूँ तेरे प्यू की कबर तो मैं करके कसम चाहिए कि मैं आजान देवनी को नहीं इस तू ज्यादा जल्दी मैं कर ना समझा जिन हसनैन आके दसा मिट्टी से बैठी उठी खड़ी है दुआ शादा बहान अल्लाह के लिए नाने बिलाल को अन्या को सारी माँ को या दिए ते मेरे बापे तू नहीं सुना जो फातिमा मेरा हिस्सा है मोहम्मद दी दी नहीं हिस्सा होने दे नाते मिन्नत पे करे नहीं आज मैं अजान दे दी मैं बस दे वेले देना हमें उन हाथ खोल बै जो गल आ गई मातम दी हर हाथ मुकद्दर नहीं मातम शबीर हाथों की जियारत करे सन कितने जेरे शबीर खाल के मातम की ते कीर्तन ए पहली अजान है जेरी बिलाल मुकम्मल नहीं कर सकदा जंग दे गर्दाब विच दित्ती है तो पूरी दित्ती सी तीरां दी बौछार दित्ती है तो मुकम्मल दित्ती सी पूरी क्यों नहीं कर सका वजह ही कोई ई आजान देनी शुरू की थी मोहम्मद दी धी रोना शुरू की जने या के ना अशहद अन्न मोहम्मद रसूल अल्लाह ईमान दे दा दर्जा ते फैज सुलेमान दा मुंडा ला के दे आजान दी बस मुले करे से जदा मोहम्मद दी धी दुनिया तो पूरी ਅਦੇ ਵਜਾ ਕਰੀ ਅਦੇ ਵਜਾ ਹੀ ਹੋਇ ਤੈ ਅਜ਼ਾਨ ਦੇਣੀ ਸ਼ੁਰੂ ਕੀਤੀ ਹੈ ਮੁਹੰਮਦ ਦੀ ਧੀ ਰੋਣਾ ਸ਼ੁਰੂ ਕੀਤਾ ਹੈ ਜਿਹੜਾ ਤੇ ਆ ਕੇ ਅਸ਼ਹਦੁ ਅੰਨਾ ਮੁਹੰਮਦ ਰਸੂਲullah ਪਿਓ ਦੀ ਕਬਰ ਤੋਂ ਮੂੰਹ ਕਰਕੇ ਆਦੀ ਹੈ ਬਿਲਾਲ ਤੇ ਨਾ ਨਾ ਖੜਾ ਚਾਹਦੇ ਮੈਂ ਕੋ ਤੇਰਾ ਨਾ ਚਾਹ ਕੇ ਰੋਵਣ ਹੀ ਨਹੀਂ ਦੇ ਹੁਣ ਜਿਹੜੇ ਦੋ ਚਾਰ ਬੰਦੇ ਰਹਿ ਗਏ ਇਹਨਾਂ ਵਾਸਤੇ ਵੀ ਲੋਕੀ ਗੱਲ ਹਾਂ ਤੇ ਚੋਟ ਲੱਗੇ ਹੁਸੈਨ ਦਾ ਆ ਕੇ ਸਮਝ ਕੇ ਮਾਫ ਕਰੇ ਟੁਰ ਗਿਆ ਬਿਲਾਲ ਛੋੜ ਦਿੱਤ ਉਸ ਮਦੀਨਾ ਵਤਨਾ ਵੱਲਾ ਜਿਹੜਾ ਮੁਹੰਮਦ ਦੀ ਦੁਨੀਆ ਤੋਂ ਟੁਰ ਗਈ ਸੀ ਗੱਲੀ ਜ਼ਿਆਰਤ ਥਈ ਹਸਨੈਨ ਦੀ ਹਸਨ ਦੀ ਪੇਸ਼ਾਨੀ ਤੇ ਬੋਸਾ ਦਿੱਤਾ ਹਸਨ ਠੀਕ ਹੈ ਹਾਂ ਨਾ ਨਾ ਠੀਕ ਹੈ ਹੁਸੈਨ ਦਾ ਗੱਲ ਚੁੰਮਸ ਅੱਲਾ ਜਾਣੇ ਹੁਸੈਨ ਦਾ ਗੱਲ ਕਿਉਂ ਚੁੰਮਸ ਹੁਸੈਨ ਤੂੰ ਠੀਕ ਹੈ ਹਾਂ ਨਾ ਨਾ ਠੀਕ ਹੈ ਅਦੇ ਸ਼ਹਜ਼ਾਦੀ ਦੁਆਲਮ ਦਾ ਕੀ ਹਾਲ ਹੈ ਨਾਨਕ ਕਿਆ ਪੁੱਤੇ ਬਾਬੇ ਨੂੰ ਲੱਗੀ ਗਈ ਹੈ ਹੁਣ ਮੈਨੂੰ ਦੇਖ ਸੇ ਤਹਾਂ ਜਾਸੀਆ ਇਹ ਹੱਥ ਜੋੜ ਕੇ ਆਦੇ ਸ਼ਾਜਾਦੇ ਮੈਂ ਮਿੰਨਤ ਪਿਆ ਕਰਨਾ ਤੋ ਆਪ ਕੋ ਸਫਾਰਸ਼ੀ ਬਣਾ ਕੇ ਨੇ ਨਾ ਮਾਂ ਦੀ ਕਬਰ ਤੇ ਗਿਨ ਮੰਜੋ ਮੈਂ ਇੱਕ ਦਫਾ ਆਜ਼ਾਮ ਦੀ ਨਾ ਕੀਤੀ ਹੈ ਮਾਫੀ ਮੰਗਣਾ ਚਾਹਨਾ ਕਿਹੜਾ ਬੰਦਾ ਜਿਹੜਾ ਹੈ ਨਹੀਂ ਕਰ ਸਕਦਾ ਹਸਨ ਤੋਂ ਪਹਿਲੇ ਹੁਸੈਨ ਮੂੰਹ ਤੇ ਮਾਤਮ ਕਰਕੇ ਆਦੇ ਨਾਨਾ ਨਰੂਆ ਅਸਾਂ ਇਤਨੇ ਗਰੀਬ ਹੈ ਅਸਾਂ ਚਿੱਟੇ ਦੀ ਉਦਾਸੀ ਨਾ ਸਮਝੇ ਸਾਡੀ ਮਾਂ ਦੀ ਕਬਰ ਕੇ दरवाजे ते हैं मफत बना के दक्कल बाप की तने कहना था मुश्किल कुशा दरवाजे ते क्यों आयो या अली मोहम्मद दी धी को आख रोवण दा वक्त आ करे सही आदा दे रोंदी ता अपने बाप को तो अब तक कुछ नहीं आ दी अगर या अली ते चुप न करई ता सब चुप करावण दी दा आ दी सही आदा दे तो आदा कासिर बन के तोड़े नबी दी धी को तोड़े पैगाम मन में ਅਲੀ ਦੀ ਆਵਾਜ਼ ਆਂਦੀ ਹੈ ਯਾਦਗਾਰ ਰਸੂਲ ਨਾ ਉਠੀ ਮੈਂ ਤੇ ਕੁੱਤਰਾਂ ਦੀ ਅੰਤਰੀ ਮੈਂ ਮਾਫ ਕੀਤੀ ਹੈ ਜਿਹੜਾਂ ਦੀ ਸ਼ਰੀਅਤ ਨਾਲ ਤਸਬੀਹ ਵੀ ਨਹੀਂ ਪੜ ਸਕਦਾ ਬੀਬੀ ਆਦੀ ਹੈ ਯਾ ਅਲੀ ਮੇਰਾ ਇਹਸਾਨ ਨਹੀਂ ਅੱਜ ਮੈਂ ਤੇਰੀ ਤਾਜ਼ੀਮ ਵਾਸਤੇ ਨਾ ਉਠੀ ਜਾਂ ਕੱਲ ਮੇਰੇ ਬਾਬੇ ਦੀ ਉਮਰ ਦੀ ਔਰਤਾਂ ਮੇਰੀ ਕਿਵੇਂ ਸੁਨਤ ਅਦਾ ਕਰ ਬੀਬੀ ਆਦੀ ਹੈ ਪੁੱਛਣ ਵਾਲੀ ਗੱਲ ਬੀਬੀ ਆਦੀ ਸਾਰ ਕਰ
ਅਲੀ ਦੀਆਂ ਆ ਜਾਂਦੀਆਂ ਯਾਦਾਂ ਦੇ ਰਸੂਲ ਪਿਓਰ ਦੀ ਯਾਦਾਂ ਹੀ ਖੜੀ ਮੇਰੀ ਸਾਇੰਸ ਸਮਝਿਆ ਹੁਆ ਰੋਸ਼ਨ ਜਿਹੜੇ ਮੇਰੇ ਬਾਬੇ ਦੇ ਜਨਾਜ਼ੇ ਨਾਲ ਨਹੀਂ ਲੜਦੇ ਬੀਬੀ ਆ ਦੀਆਂ ਯਾ ਅਲੀ ਨਾ ਤੂੰ ਮੇਰਾ ਬਾਬਾ ਹੁਣ ਯਾਦ ਹੈ ਅਲੀ ਆ ਦੇ ਨਰੂਆ ਮੁਕਾਈ ਨਹੀਂ ਹੈ ਹੱਥਣ ਆਖਣੇ ਨਬੀ ਦੀ ਦੀ ਗੁੰਜਾ ਕਰੋਣ ਦੇ ਵਕਤ ਮੁਕਰ ਕਰੇ ਜਦੀ ਕੁਰੇ ਜਰਾ ਕੁਰੇ ਦੁਨੀਆ ਦੀ ਤੁਸਾਂ ਜਾ ਕੇ ਮੌਤ ਨਾ ਤੇਰਾ ਜਵਾਬ ਦਿੱਤਾ ਨਹੀਂ ਆ ਦੇ ਨਰੂਆ ਮੈਂ ਜਵਾਬ ਦੇਉਣਾ ਤੇਰਾ ਪਾਸਾ ਲਖਮੀ ਨਾ ਹੋਇਆ ਸਯੋਦਾ ਦੇ ਤੂੰ ਮੇਰੇ ਕੰਨ ਕਿਆ ਪੈ ਸੁਣੇ ਕਿਆ ਬਿੰਤੇ ਪੈਗੰਬਰ ਬੀਬੀ ਆਦੀ ਮੈਂ ਸੁਣੇ ਬਾਜ਼ਾਰ ਵੇਂਦੇ ਹੋ ਲੋਕ ਤੁਹਾਡੇ ਤੇ ਸਲਾਮ ਨਹੀਂ ਕਰਦੇ ਸਯਦਾ ਦੇ ਗੁਜ਼ਰੀਆਂ ਯਾਦ ਨਹੀਂ ਹੋਈ ਅਲੀ ਗੱਲ ਵੱਧ ਗਈ ਹੈ ਮੈਂ ਸਲਾਮ ਕਰੇ ਮੈਂ ਕੋ ਜਵਾਬ ਨਹੀਂ ਦੇ ਬੀਬੀ ਆਦੀ ਯਾ ਅਲੀ ਅਗਰ ਗੱਲ ਇਸ ਹੱਦ ਤੱਕ ਆ ਗਈ ਬਹਿ ਕੇ ਮੜੀਆਂ ਵਸੀਤਾਂ ਸੁਣ ਸਾਰੇ ਜਾਣਦੇ ਹੋ ਵਸੀਅਤ ਉਹ ਬੰਦਾ ਕਹਿੰਦਾ ਜਿਹੜਾ ਦੁਨੀਆ ਪਿਆ ਛੁੜੇਂਦਾ ਬੱਚਿਆ ਦਾ ਨਾਮ ਹੈ ਭਾਵੇਂ ਜਿਹੜਾ ਬਾਹਰ ਦਾ ਇਡਾ ਨਿਕਲੀ ਹੈ ਬੀਬੀਆਂ ਦੀਆਂ ਉੱਚਨ ਨਾ ਮਤਾ ਮੇਰੀਆਂ ਧੀਆਂ ਸੁਣ ਜਿੰਨੇ ਮਤਾ ਮੇਰਾ ਹੁਸੈਨ ਸੁਣ ਮੇਰੀ ਪਹਿਲੀ ਵਸੀਅਤ ਮੇਰਾ ਜਨਾ ਲਾਦ ਰਾਤ ਪੁੱਛੇ ਕਿਉਂ ਆਖਾ ਸਦ ਰਾਤ ਪੁੱਛੇ ਮੈਂ ਮੁਸਲਮਾਨਾਂ ਦੀ ਡਰੀ ਹੋਈ ਇਹ ਹੁਣ ਤੁਹਾਡੇ ਮੁਸ਼ਾਹਦੇ ਦੀ ਬਾਤ ਹੋ ਸੀ ਬਈ ਅਕੀਲ ਇਹਨਾਂ ਦੇ ਮਾਤਮ ਵਾਸਤੇ ਹੱਥ ਜਾਵਣ ਸ਼ੌਕ ਕਈ ਕਮਜ਼ੋਰ ਇਨਸਾਨ ਦੇ ਹੱਥ ਜਾਵਣ ਸ਼ੌਕ ਆ ਮੇਰੇ ਸਰ ਦੇ ਕੁਰਾਨ ਰੱਬ ਟੁੱਟੀ ਹੋਈ ਦਰਾ ਤੂੰ ਹੱਥ ਜਾਵਣ ਭਰਾ ਉੱਠਾ ਹੁੰਦਾ ਪਹਿਲੇ ਪੈਸੇ ਦੇ ਡਰ ਖਾ ਗਿਆ ਹੈ ਦੂਏ ਹੱਥ ਬਣ ਕੇ ਅੱਗੇ ਜਾ ਰਹੀ ਹੈ 9 ਸਾਲ ਖਿਦਮਤ ਕੀਤੀ ਹੈ ਦੂਜੇ ਮਹੀਨੇ ਛੋਟੀ ਔਲਾਦ ਅਗਲੀ ਵਸੀਅਤ ਬੀਬੀ ਆ ਗਿਆ ਯਾ ਅਲੀ ਮੇਰਾ ਤਾਬੂਤ ਬਣਾਏ ਆ ਮੇਰੇ ਸਰ ਤੇ ਕੁਰਾਨ ਲੱਕਾ ਆਲਮ ਕੋ ਆਲਮ ਦੀਨ ਕੋ ਪੁੱਛ ਈ ਬੀਬੀ ਤੂੰ ਪਹਿਲੇ ਇਹਦੀ ਮਾਂ ਮਲੀਕਾ ਤੋਂ ਲੜਦ ਦੇ ਤਾਬੂਤ ਨਹੀਂ ਬਣ ਅਲੀ ਆ ਦੇ ਤਾਬੂਤ ਦੀ ਕਿਹੜੀ ਲੋੜ ਹੈ ਜਨਾ ਦਾ ਜੋ ਅੱਧ ਰਾਤ ਪੁੱਛਾਉਣਾ ਬੀਬੀ ਆ ਗਿਆ ਨਰੂਆ ਮੈਂ ਕੁਛ ਸਾਰਾ ਤੂੰ ਸ਼ਰਮ ਆਉਂਦੀ ਹੈ ਤੇਰੇ ਲੋਂਦੇ ਪਿਆ ਕੋਨੇ ਦੀ ਮਾਂ ਨੂੰ ਸਿਤਾਰਾ ਨੂੰ ਸ਼ਰਮ ਆਉਂਦੀ ਹੈ ਬਲੇ ਦੇਣੇ ਦੀ ਸਰਾ ਬਿਨਾ ਰਕੀ ਹੋਵੇ ਤੇਰੀ ਆਦੀ ਕੁਰਾਨ ਪਰਵਰੀ ਮੈਂ ਵੱਡੀ ਪਰਦਾਰ ਇਹਨਾਂ ਦੀ ਛੋਟੀ ਔਲਾਦ ਬੀਬੀ ਆਦੀ ਯਾ ਅਲੀ ਮੇਰੀ ਚੌਥੀ ਬੱਚੀਆ ਮੇਰੀ ਕਬਰ ਤੇ ਆਸ ਹਰ ਰਾਤ ਤੋਂ ਮਰਲੀ ਜੁਮੇ ਦੀ ਰਾਤ ਨਾਲਾ ਨਕਰੇ ਬੈ ਬਾਲਣ ਨਾਲ ਤੇਰੀ ਮਰਲੀ ਮਦ ਹੁਸੈਨ ਫੋਲ ਨੀਂਦ ਰੋਵੇ ਬੀਬੀ ਆ ਗਿਆ ਮਦ ਹੁਸੈਨ ਗੁਜਈ ਆਵੇ ਓ ਮੇਰੀ ਕਬਰ ਤੇ ਆਸਮੇ ਮਦ ਟੁੱਕਾ ਦੇ ਲਾ ਹੁਸੈਨ ਅੱਛਾ ਚਲੋ ਤੁਹਾਡਾ ਮਾਤਮ ਤੇ ਦਿਲ ਬਣ ਗਈ ਹੁਣ ਮੇਰੇ ਇਮਾਮ ਸਾਰੀਆਂ ਵਸੀਤਾਂ ਸੁਣ ਸ਼ਲਾਮੁਨ ਦੇ ਦਰਵਾਜ਼ੇ ਤੇ ਆਏ ਜਿਹੜੇ ਮਾਤਮ ਪੈ ਕਰੇਂ ਜੋ ਦਸਈ ਵਾਂ ਮੁਸਲਮਾਨ ਨਹੀਂ ਯਹੂਦੀ ਦਕਲ ਬਾਪ ਕੀਤੀ ਇਸ ਸ਼ਮਾਉਨ ਬਹਿਰਾਇਆ ਦੇ ਜ਼ਮਾਨੇ ਦੇ ਇਮਾਮ ਹੈ ਮੈਂ ਕੁ ਸਰਵਾ ਦਿੱਤਾ ਹੋਇਆ ਸਯਦਾ ਦੇ ਨਰੂਆ ਸ਼ਰੀਫਾ ਕੁ ਵਰਜ਼ਾ ਖਿਨਾ ਨਹੀਂ ਹੈ ਅਗੇ ਹਿੱਕ ਤੇ ਤੇਰੇ ਬਾਪ ਕੁ ਪਾਣੀ ਲੈਂਦਾ ਹੈ ਮੁਜਰਾ ਖਿੰਦਾ ਹੈ ਹੁੰਦੂ ਤੇ ਪਾਣੀ ਲੈਸਾ ਉਜਰਾ ਤਨਾ ਮੰਗਦਾ ਯੋ ਕੁਲ ਮੰਗਦਾ ਜਿਤਨੇ ਤੇ ਨਬੀ ਦੀ 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 ਹੈ ਤੇਰੇ ਬਾਪ ਚੁਪਾ ਪੇ ਖਰੋਸੀ ਸਮੋਰਦਾ ਦੇ ਕਾਲਜ ਗਿੰਦਾ
ਜਿਹੜੇ ਮਰਦਾਂ ਪੈ ਕਰਨ ਦੇ ਤੁਹਾਡੇ ਦਿਲ ਵਿੱਚ ਕਬਰੇ ਉਸਾਏ ਮੈਂ ਪਹਿਲੇ ਆਖੇ ਬਾਣੀ ਦੀ ਹੈਸੀਅਤ ਨਾਲ ਜੋ ਹਾਜ਼ਰੀ ਹੈ ਤੇ ਤੂੰ ਆਈ ਮੈਂ ਮੰਗ ਛੋੜੀ ਇੱਕ ਮੈਂ ਦੁਆ ਪੀ ਮੰਗਣਾ ਸਾਰੇ ਮਹੀਨੇ ਮੁਲਤਾਨ ਨਾ ਲਿਓ ਦੁਆ ਮੰਗੀ ਕਰੋ ਛਲਕ ਛੋਟੇ ਬਾਲ ਦੀ ਮਾਂ ਮਰੇ ਅੱਲਾ ਨਾ ਕਰੇ ਕਿ ਛੋਟੇ ਬਾਲ ਦੀ ਮਾਂ ਮਰੂ ਜੀ ਬਾਲ ਕੋ ਪਤਾ ਹੀ ਨਹੀਂ ਹੁੰਦਾ ਮੇਰੀ ਮਾਂ ਮਰ ਗਈ ਕੋਈ ਮਾਂ ਦੇ ਸਿਰਾਂ ਦੁਆ ਕੇ ਅਸੀਂ ਮੰਜਾਬ ਮੈਂ ਦੁਖਾਂ ਦੇ ਕੋਈ ਅਸੀਂ ਮਾਂ ਕੀ ਮਾਂ ਮੈਂ ਗੁਟਰੇ ਲਗੀ ਹੈ ਮੈਂ ਕੋ ਪਾਣੀ ਪਿਲਾ ਆ ਮੇਰੇ ਸਰ ਤੇ ਕੁਰਾਨ ਦਾ ਆਲੀਆ ਸੈਂ ਪਹਿਲਾ ਮੈਂ ਕਰਕੇ ਆਦੀ ਹਮਾਂ ਤਸਵੀ ਪਰਦੀ ਪਈਆਂ ਨੇ ਚੁੱਪ ਕਿਉਂ ਕਰ ਤੂੰ ਜਨੇ ਕਰਕੇ ਆਦੀ ਹਮਾਂ ਕੀ ਬਾਹਰ ਮੈਂ ਕਦੀ ਸ਼ਾਮ ਦੀ ਟੇਬਲ ਥੀਆ ਕੋਈ ਜਵਾਬ ਨਹੀਂ ਆਇਆ ਤੀ ਜਈਆ ਜਵਾਬ ਦੀ ਤਰਫਾ ਮਾਰ ਗਈ ਹੈ ਉੱਠੀ ਨਾ ਥੀਏ ਅੱਗੇ ਮਾਂ ਅੱਖੀ ਜਨੇ ਕੁਲਾਂ ਦੀ ਪੈਰਾਂ ਦੇ ਪਾਸੂ ਦੇ ਹੁਸੈਨ ਰੋਦਾ ਖੜਾ ਆਦੀ ਆਲੀਆ ਪੈਰੀ ਤੁਹਾਡੇ ਹੱਥ ਉੱਠੀ ਬਿਸਮਿਲਲਾ ਤੁਹਾਡੇ ਹੱਥ ਉੱਠੀ ਗਏ ਤਾਂ ਹੁਣ ਕਬਰੇ ਹੁਸੈਨ ਤੇ ਆ ਲੱਗੀ ਹੱਥ ਖੁੱਲੇ ਰੱਖਿਆ ਥੋੜਾ ਜਿਹਾ ਆਵਾਜ਼ ਹੁੰਦੇ ਸੀ ਜਿਹੜਾ ਜਨਾਜ਼ਾ ਤਿਆਰ ਹੋਏ ਨਾ ਮੇਰੀ ਸੈਣ ਦਾ ਅਲੀ ਧੀਆਂ ਤੇ ਪੁੱਤਰਾਂ ਨੂੰ ਛੱਡੇ ਰੋ ਕੇ ਫਰਮੇ ਨੇ ਮੂੰਹ ਦੇਖ ਕੀ ਨੋ ਤੁਸਾਂ ਅਮੜੀ ਦਾ ਮਈਏ ਸੇ ਹੁਸੈਨ ਦੀ ਹੁਸੈਨ ਦੇ ਸ਼ੀਆ ਨਾ ਕਰ ਕਰਨ ਮੂੰਹ ਦੇਖ ਕੀ ਨੋ ਤੁਸਾਂ ਅਮੜੀ ਦਾ ਕਾਂਦੇ ਕਫਨ ਦੇ ਆਪ ਖੁੱਲੇ ਹੁਸੈਨ ਮਾਤਮ ਕਰਕੇ ਬਾਬਾ ਕਹਿ ਦਸਾਂ